ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਨਿੱਕੀ ਜੀ ਸਾਡਾ ਪੰਜਾਬੀ ਚੈਨਲ ਹੈ ਫੂਡ ਵਲੌਗ ਦਾ ਇੱਕ ਮੰਮੀ ਦੀ ਸਾਡੀ ਰਿਕੁਐਸਟ ਸੀਗੀ ਕਿ ਅਸੀਂ ਕੁਛ ਬਣਾਈਏ ਕੁਛ ਵਧੀਆ ਬਣਾਈਏ ਤਾਂ ਉਸ ਵਿੱਚ ਇੱਕ ਸਨਮਾਨੀ ਜੀ ਕੋਸ਼ਿਸ਼ ਹੈ ਸਾਡੀ ਸ਼ਾਇਦ ਤੁਹਾਨੂੰ ਚੰਗੀ ਲੱਗੇ ਤਾਂ ਮੋਸਟਲੀ ਕੀ ਹੁੰਦਾ ਘਰ 'ਚ ਮੈਗੀ ਲਈ ਆਪਾਂ ਕਹਿੰਦੇ ਹਾਂ ਕਿ ਜਦ ਵੀ ਹਲਕਾ ਜਿਹਾ ਹੈਂਗਰ ਪੈਂ ਹੁੰਦਾ ਕਿ ਮੈਗੀ ਬਣਾ ਲਓ ਮਸਾਲਾ ਓਟਸ ਲਿਆ ਉਸ ਕੋਲ ਬਣੀ ਬਣਾਈ ਚੀਜ਼ਾਂ ਨੂੰ ਆਪਾਂ ਜ਼ਿਆਦਾ ਤਵੱਜੋ ਦਿੰਦੇ ਹਾਂ ਅੱਜ ਕੱਲ੍ਹ ਪਰ ਅੱਜ ਅਸੀਂ ਇੱਕ ਛੋਟਾ ਜਿਹਾ ਇੱਕ ਐਕਸਪੈਰੀਮੈਂਟ ਕਰਨ ਜਾ ਰਹੇ ਹਾਂ ਕਿ ਤੁਸੀਂ ਜਿਹੜੇ ਸਫੋਲਾ ਓਟਸ ਜਿਹੜੇ ਡਾਕਟਰ ਮੋਸਟਲੀ ਕਹਿੰਦੇ ਨੇ ਕਿ ਉਹਨਾਂ ਨੂੰ ਦੁੱਧ 'ਚ ਪਾ ਕੇ ਪੀਓ ਜੋ ਕਿ ਜਦ ਆਪਾਂ ਖਾਂਦੇ ਹਾਂ ਬਹੁਤ ਬਕਬਕਾ ਜਿਹਾ ਟੇਸਟ ਆਉਂਦਾ ਹੈ ਹਾਲਾਂਕਿ ਉਹਨਾਂ 'ਚ ਫਾਈਬਰਸ ਅਤੇ ਨਿਊਟ੍ਰੀਸ਼ਨਸ ਵੈਲਿਊ ਬਹੁਤ ਜ਼ਿਆਦਾ ਹੈ ਐਜ਼ ਕੰਪੇਅਰਡ ਟੂ ਤੁਹਾਡੇ ਜਿੰਨੇ ਵੀ ਬਾਕੀ ਪ੍ਰੋਸੈਸ ਫੂਡ ਹੈ ਬਟ ਜੇ ਤੁਸੀਂ ਟਿਪੀਕਲ ਨੋਰਮਲ ਆਪਣਾ ਓਟਸ ਲਓ ਅਤੇ ਉਹਨਾਂ ਨੂੰ ਤੁਸੀਂ ਇੱਕ ਨਵੇਂ ਤਰੀਕੇ ਨਾਲ ਬਣਾਓ ਸ਼ਾਇਦ ਤੁਹਾਨੂੰ ਇਹ ਚੰਗਾ ਲੱਗੇ ਤਾਂ ਉਸੇ ਸੀਰੀਜ਼ 'ਚ ਅਸੀਂ ਲੈ ਕੇ ਆ ਰਹੇ ਹਾਂ ਮਸਾਲਾ ਓਟਸ ਬਹੁਤ ਘੱਟ ਕੁਆਂਟਿਟੀ 'ਚ ਆਇਲ ਪਾਵਾਂਗੇ ਇਹਦੇ 'ਚ ਥੋੜ੍ਹਾ ਜਿਹਾ ਜੀਰਾ ਪਾ ਰਹੇ ਹਾਂ ਜ਼ਿਆਦਾ ਹਾਈ ਫਲੇਮ ਨਹੀਂ ਰੱਖਣਾ ਜਿਹਦੇ ਖੁਣ ਥੋੜ੍ਹਾ ਜਿਹਾ ਧਨੀਆ ਪਾ ਰਹੇ ਹਾਂ ਸੁੱਕਾ ਥੋੜ੍ਹੀ ਅਜਵਾਇਣ ਮਸਾਲੇ ਆਪਣੇ ਭੁੰਨ ਜਾਣ ਚੰਗੀ ਤਰ੍ਹਾਂ ਥੋੜ੍ਹੀ ਹਲਦੀ ਪਾ ਤੀ ਥੋੜ੍ਹੀ ਲਾਲ ਮਿਰਚ ਤੁਸੀਂ ਆਪਣੇ ਸਵਾਦ ਦੇ ਮੁਤਾਬਿਕ ਪਾ ਸਕਦੇ ਹੋ ਨਮਕ ਵੀ ਤੁਸੀਂ ਆਪਣੇ ਟੇਸਟ ਦੇ ਮੁਤਾਬਿਕ ਪਾਓ ਕੋਈ ਘੱਟ ਲਾਈਕ ਕਰਦਾ ਕੋਈ ਜ਼ਿਆਦਾ ਲਾਈਕ ਕਰਦਾ ਆਪਾਂ ਚੰਗਾ ਮਿਰਚ ਪਾ ਤੀ ਗਾਜਰ ਪਾ ਤੀ ਹੁਣ ਆਪਾਂ ਦੂਜੇ ਪਾਸੇ ਓਟਸ ਲੈ ਕੇ ਉਹਨਾਂ ਨੂੰ ਥੋੜ੍ਹਾ ਰੋਸਟ ਕਰ ਲਾਂਗੇ ਪੂਰਾ ਭੁੰਨਿਆ ਜਾ ਚੁੱਕਿਆ ਸਬਜ਼ੀਆਂ ਆਪਾਂ ਖੜੀਆਂ ਖੜੀਆਂ ਰੱਖਣੀਆਂ ਦੇਖਦੇ ਹਾਂ ਜਰਾ ਕਰ ਦਿਓ ਸਬਜ਼ੀਆਂ ਨੂੰ ਵੀ ਅਤੇ ਓਟਸ ਨੂੰ ਵੀ ਬਸ ਹੁਣ ਆਪਣਾ ਪੂਰਾ ਰੈਸਪੀ ਤਿਆਰ ਵੈਜੀਟੇਬਲ ਮਸਾਲਾ ਓਟਸ ਬਣਾਏ ਜੀ ਅਸੀਂ ਪਹਿਲਾਂ ਅਸੀਂ ਸਾਰੇ ਦੁੱਧ 'ਚ ਪਾ ਕੇ ਖਾਂਦੇ ਹੁੰਦੇ ਸੀ ਲੇਕਿਨ ਅੱਜ ਇੱਕ ਨਵੀਂ ਤਰੀਕੇ ਨਾਲ ਬਣਾਇਆ ਗਿਆ ਅਤੇ ਇਹਦੇ 'ਚ
वेजिटेबल हैं, दही है, चटनी भी बनाई है जी। चलो ये असं ट्राई करते हैं जी, ये टेस्ट कितना है। बहुत वधिया जी, मज़ा आ गया। नवी चीज़ बनाई है, किदा का लगता है। थैंक यू जी।